ਸਤਿਗੁਰ ਦਰਸ਼ਨ ਧਨ ਹੈ ਧਨ ਧਨ ਗੁਰ ਸਿੱਖ ਪਰਸਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਜੀ। ਅਸੀਂ ਪਿਛਲੇ 15-20 ਸਾਲ ਤੋਂ ਇੱਥੇ ਲਗਾਤਾਰ ਆ ਰਹੇ ਹਾਂ। ਸਾਨੂੰ ਬਾਬਾ ਜੀ ਨੇ ਪੁੱਤਰ ਦੀ ਦਾਤ ਬਖਸ਼ੀ, ਭਤੀਜੇ ਦੀ ਦਾਤ ਬਖਸ਼ੀ। ਇਹ ਮੇਰਾ ਪੋਤਰਾ ਲੱਗਦਾ ਜੀ ਰਿਸ਼ਤੇਦਾਰੀ ਦੇ ਵਿੱਚੋਂ। ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ ਅਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਆ ਅਤੇ ਅਸੀਂ ਆਪਣੀ ਸੁੱਖਣਾ ਲਾਉਣ ਲਈ ਬਸੰਤ ਪੰਚਮੀ 'ਤੇ ਆਏ ਹਾਂ ਜੀ। ਹਾਂਜੀ, ਅਸੀਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਵਿਖੇ ਆਪਣੇ ਬੇਟੇ ਦੀ ਸੁੱਖਣਾ ਲਾਉਣ ਵਾਸਤੇ ਆਏ ਹਾਂ। ਅਸੀਂ ਇੱਥੇ ਹਰ ਪੰਚਮੀ 'ਤੇ ਆਉਂਦੇ ਰਹੇ। ਹਾਂਜੀ, ਅਤੇ ਅਸੀਂ ਪਰਮਾਤਮਾ ਕੋਲੋਂ ਪੁੱਤਰ ਦੀ ਦਾਤ ਬਖਸ਼ੀ ਮੰਗੀ ਸੀ ਅਤੇ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੀ। ਹਾਂਜੀ, ਅੱਜ ਅਸੀਂ ਉਹ ਸੁੱਖਣਾ ਲਾਉਣ ਆਏ, ਬੈਂਡ ਵਜਾ ਕੇ, ਬੈਂਡ ਵਾਜੇ ਵਜਾ ਕੇ ਨਾ ਸੁੱਖਣਾ ਲਾਉਣ ਆਏ ਹਾਂ। ਧੰਨ ਗੁਰ ਸਿੱਖ ਪਰਸਣਿਆ ਪਰਸਣਿਆ ਸਤਿਗੁਰ ਦਰਸ਼ਨ ਧੰਨ ਹੈ ਧੰਨ ਧੰਨ ਗੁਰ ਸਿੱਖ। ਗੁਰਦੁਆਰਾ ਛਿਹਾਟਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਜਨਮ ਦੀ ਖੁਸ਼ੀ ਦੇ ਵਿੱਚ ਇੱਥੋਂ ਦੀਆਂ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ, ਕਿਉਂਕਿ ਇਸ ਇਲਾਕੇ ਦੇ ਵਿੱਚ ਜਿਹੜੀ ਪਾਣੀ ਦੀ ਬਹੁਤ ਜ਼ਿਆਦਾ ਥੋੜ੍ਹ ਸੀ ਅਤੇ ਸੰਗਤ ਨੇ ਜਿਹੜੀ ਹੈ ਉਹ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਅਤੇ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਨਮ ਦੀ ਖੁਸ਼ੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਥੇ ਖੂਹ ਦੀ ਜਿਹੜੀ ਖੁਦਵਾਈ ਕਰਵਾਈ, ਜਿਸ ਦੇ ਉੱਪਰ 6 ਮਾਲਾਂ ਭਾਵ 6 ਹਲਟਾਂ ਜਿਹੜੀਆਂ ਉਹ ਚਲਵਾਈਆਂ। 6 ਹਲਟਾਂ ਚਲਾਉਣ ਕਾਰਨ ਹੀ ਇਸ ਇਲਾਕੇ ਦਾ ਨਾਮ ਜਿਹੜਾ ਹੈ ਉਹ ਛਿਹਾਟਾ ਪਿਆ ਅਤੇ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਛਿਹਾਟਾ ਸਾਹਿਬ। ਇੱਥੇ ਜਿਹੜੀ ਸੰਗਤ ਹੈ ਜੀ ਉਹ ਦੇਸ਼ ਵਿਦੇਸ਼ ਤੋਂ ਆਉਂਦੀ ਹੈ, ਕਿਉਂਕਿ ਇੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਵਰ ਹੈ ਕਿ ਜੋ ਵੀ ਬੀਬੀ ਜਿਹੜੀ ਹੈ ਉਹ ਸ਼ਰਧਾ ਭਾਵਨਾ ਦੇ ਨਾਲ 12 ਪੰਚਮੀਆਂ ਇਸ਼ਨਾਨ ਕਰੇ ਅਤੇ ਉਹ ਉਸ ਨੂੰ ਇੱਥੋਂ ਜਿਹੜੀ ਆ ਉਹ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ। ਅਤੇ ਉਹ ਇਸ ਨੂੰ ਮੁੱਖ ਰੱਖਦੇ ਹੋਏ ਦੇਸ਼ ਵਿਦੇਸ਼ ਤੋਂ ਜਿਹੜੀਆਂ ਸੰਗਤਾਂ ਜਿਹੜੀਆਂ ਉਹਨੂੰ ਬੜੀਆਂ ਸ਼ਰਧਾ ਭਾਵਨਾ ਦੇ ਨਾਲ ਹਰ ਪੰਚਮੀ 'ਤੇ ਇੱਥੇ ਇਸ਼ਨਾਨ ਕਰਦੀਆਂ ਨੇ ਜੀ। ਦੇਖੋ ਜੀ, ਤੁਸੀਂ ਦੇਖਿਆ ਹੀ ਹੋਣਾ, ਅਸੀਂ ਸਾਰੀ ਜਿਹੜੀ ਟ੍ਰੈਫਿਕ ਆ ਅਸੀਂ ਉਹਨੂੰ ਵਨ ਵੇ ਕੀਤਾ ਹੋਇਆ ਆ। ਇੱਕ ਪਾਸਿਓਂ ਦੀ ਟ੍ਰੈਫਿਕ ਆ ਰਹੀ ਹੈ, ਦੂਸਰੇ ਪਾਸਿਓਂ ਦੀ ਜਾ ਰਹੀ ਹੈ, ਕਿਉਂਕਿ ਪਾਰਕਿੰਗ ਜਿਹੜੀਆਂ ਨੀਵੀਂ ਪਾਰਕਿੰਗ ਗੁਰਦੁਆਰਾ ਦੇ ਬਿਲਕੁਲ ਤੁਸੀਂ ਸੱਜੇ ਪਾਸੇ ਦੇਖ ਰਹੇ ਜੇ, ਇਹ ਕਾਰਾਂ ਦੀ ਪਾਰਕਿੰਗ ਬਣਾਈ ਹੋਈ ਆ। ਜਿਹੜਾ ਛਿਹਾਟਾ ਚੌਂਕ ਤੋਂ ਜਿਹੜੀ ਫੋਰਸ ਆ ਟ੍ਰੈਫਿਕ ਆ ਰਹੀ ਆ ਉਹਨੂੰ ਅਸੀਂ ਉੱਪਰ ਦੀ ਕੱਢ ਰਹੇ ਹਾਂ ਜੀ, ਥਾਣੇ ਥਾਣੀ ਇੰਡੀਆ ਗੇਟ ਥਾਣੀ ਹੋ ਕੇ ਸਾਡੇ ਇੰਡੀਆ ਆ ਕੇ ਨੀਵੀਂ ਪਾਰਕ ਵਿੱਚ ਜਿਹੜੀ ਆ ਉਹ ਟ੍ਰੈਫਿਕ ਸਾਰੀ ਆ ਰਹੀ ਆ, ਤਾਂ ਕਿ ਆਮ ਸੰਗਤ ਨੂੰ ਕੋਈ ਪ੍ਰੋਬਲਮ ਨਾ ਆਵੇ। ਅਸੀਂ ਸੰਗਤ ਵਾਸਤੇ ਤੁਸੀਂ ਹੁਣੇ ਦੇਖਿਆ ਹੋਣਾ ਕਿ ਜਿਹੜੇ ਅਪਾਹਜ ਲੋਕ ਨੇ ਜਾਂ ਜਿਹੜੇ ਹੈਗੇ ਨੇ ਛੋਟੇ ਬੱਚੇ ਨੇ ਜਾਂ ਕੋਈ ਬਿਮਾਰ ਲੋਕ ਨੇ ਉਹਨਾਂ ਵਾਸਤੇ ਅਸੀਂ ਫ੍ਰੀ ਆਫ ਕੋਸਟ ਜਿਹੜੇ ਆ 3 ਵੀਲਰ ਜਿਹੜੇ ਆ ਹਾਇਰ ਕੀਤੇ ਹੋਏ ਆ। ਸਾਡੇ ਨਾਲ ਇੱਕ ਸੰਸਥਾ ਨੇ ਵੀ ਦਿੱਤਾ ਆ, ਸਾਡਾ ਸਾਥ ਦਿੱਤਾ ਆ, ਅਸੀਂ ਫ੍ਰੀ ਆਫ ਕੋਸਟ ਜਿਹੜੇ 3 ਵੀਲਰ ਜਿਹੜੇ ਹਾਇਰ ਕੀਤੇ ਆ, ਅਸੀਂ ਉਹਨਾਂ ਸੰਗਤਾਂ ਨੂੰ ਉਹਨਾਂ ਦੇ ਉੱਤੇ ਜਿਹੜੀ ਉਹਨਾਂ ਦੀ ਸਵਾਰੀ ਕਰਾ ਕੇ ਅਸੀਂ ਇੱਧਰ ਨੂੰ ਲਿਆ ਰਹੇ ਹਾਂ, ਤਾਂ ਕਿ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਉਹ ਖੁੱਲ੍ਹੇ ਤੌਰ 'ਤੇ ਕਰ ਸਕਣ।